पिछले समय शायद मैनू भी कुछ पता नहीं सीगा ते मैं इस गल तो थोड़ा जा किनारा इस करके करदा सी भी अगले ने कहना यार राजनीतिक शरीक ने ते कड़वल जान बुझ के छट्टे सुट्टण दा यतन करदा ते आपां चुप रहे अज सच्चाई सामने आ गई ते हुण जिहड़ी हर बंदा यह सोचता भी यार असी उस बीबी की मदद करिए सवेरे MLA साहब जाण आपके परिवार को नहा धोवा के लै जाण दरबार साहब जाके अरदास करवाउण सवेरे बीबी का धरना खत्म हुंदा गल खत्म होवे। आत्मनगर पार्क च खड़े हाँ जिथे कि तुम देख सकते हो जिहड़े आकर्षण का केंद्र है इत्थे जिहड़े मगरमच्छ ने जिहड़े कि काफ़ी जिहड़ा इत्थे पुराना इतिहास भी है इस पार्क का इसकी सांभ संभाल लई हुण इत्थे इत्थे जिहड़े इंचार्ज ने आत्मनगर तो हलका इंचार्ज कमलजीत सिंह कड़वल उन्हां वल्लों उपराला किया जा रहा इस पार्क की संभाल का किस तरह का जी प्रोजेक्ट लैके आए हो इस पार्क की संभाल लई तुहाडे कौंसलर ने कांग्रेस पार्टी के गुरप्रीत सिंह गोपी वालों उपराला करके इस नाँ नूं अज चमकाउण दा यतन कीता तां कि साडे हलके दा नाँ भी चमक सके क्योंकि इन्हां लोकां ने साडे इस एरिया दा इन्ना क नाम बदनाम करता ऐसियां करतूतां करके 115 MLA नूं कहिंदे सी कम्म सिखाया करांगे दोने भरा रल के असकाता आ सिख लो इहदे कोल बैठी आ बीबी बाहर जाके सो अज असीं जिहड़ा डिवेलपमेंट कर रहे हाँ उह इहनां दीआं जिहड़ीआं कमियां ने उहनां नूं पूरा ਧੋਣ ਦਾ ਯਤਨ ਕਰ ਰਹੇ ਆ ਉਹਨਾਂ ਦੇ ਨਾਕਾਮੀਆਂ ਨੂੰ ਅਸੀਂ ਪੂਰਨ ਕਰਨ ਦਾ ਯਤਨ ਕਰ ਰਹੇ ਆ ਜੀ ਕਈ ਪ੍ਰਵਾਇਤੀ ਪਾਰਟੀਆਂ ਵੀ ਉਸ ਬੀਬੀ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਕਈ ਜਿਹੜੇ ਲੀਡਰ ਵੀ ਉਸ ਬੀਬੀ ਦੇ ਪੱਖ ਦੇ ਵਿੱਚ ਨੇ ਇਨਸਾਫ ਦਿਵਾਉਣ ਲਈ ਅੱਗੇ ਆਏ ਨੇ ਕੀ ਤੁਸੀਂ ਵੀ ਹੁਣ ਉਸ ਬੀਬੀ ਦੀ ਹੈਲਪ ਲਈ ਅੱਗੇ ਜਾਓਗੇ ਸੋ ਦੇਖੋ ਜੇ ਅੱਜ ਜਿਹੜੀ ਹੁਣ ਸਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ ਪਿਛਲੇ ਸਮੇਂ 'ਚ ਤਾਂ ਸ਼ਾਇਦ ਮੈਨੂੰ ਵੀ ਕੁਝ ਪਤਾ ਨਹੀਂ ਸੀਗਾ ਤੇ ਮੈਂ ਇਸ ਗੱਲ ਤੋਂ ਥੋੜਾ ਜਿਹਾ ਕਿਨਾਰਾ ਇਸ ਕਰਕੇ ਵੀ ਕਰਦਾ ਸੀ ਵੀ ਅਗਲੇ ਨੇ ਕਹਿਣਾ ਯਾਰ ਇਹ ਰਾਜਨੀਤਿਕ ਸ਼ਰੀਕ ਨੇ ਤੇ ਕੜਵਲ ਜਾਣ ਬੁੱਝ ਕੇ ਛੱਟੇ ਸੁੱਟਣ ਦਾ ਯਤਨ ਕਰਦਾ ਤੇ ਆਪਾਂ ਚੁੱਪ ਰਹੇ ਅੱਜ ਸਚਾਈ ਸਾਹਮਣੇ ਆ ਗਈ ਤੇ ਹੁਣ ਜਿਹੜੀ ਹਰ ਬੰਦਾ ਇਹ ਸੋਚਦਾ ਵੀ ਯਾਰ ਅਸੀਂ ਉਸ ਬੀਬੀ ਦੀ ਮਦਦ ਕਰੀਏ ਤੇ ਕਿਤੇ ਨਾ ਕਿਤੇ ਹੁਣ ਮੇਰੇ ਮਨ 'ਚ ਵੀ ਇਹ ਗੱਲ ਆਉਂਦੀ ਆ ਕਿ ਉਹ ਬਿਲਕੁਲ ਬੀਬੀ ਸਹੀ ਆ ਕਿਉਂਕਿ ਉਹ ਜਿਹੜੀਆਂ ਉਹਦੀਆਂ ਗੱਲਾਂ ਨੇ ਜੋ ਉਹਨੇ ਕਿਹਾ ਵੀ ਇਹ ਬੰਦਾ ਦਰਬਾਰ ਸਾਹਿਬ ਜਾ ਕੇ ਸੌਂ ਖਾਇਆ ਵੀ ਅਰਦਾਸ ਕਰਾਇਆ ਵੀ ਮੈਂ ਬੀਬੀ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਕੋਈ ਸ਼ਰਤ ਨਹੀਂ ਮੇਰੀ ਮੈਂ ਐਪਲੀਕੇਸ਼ਨ ਵਾਪਸ ਲੈ ਲੂੰ ਕਿੰਨਾ ਕੁ ਵੱਡਾ ਔਖਾ ਕੰਮ ਆ ਜੀ ਸਵੇਰੇ MLA ਸਾਹਿਬ ਜਾਣ ਆਪਦੇ ਪਰਿਵਾਰ ਨੂੰ ਨਵਾ ਧੋ ਆ ਕੇ ਲੈ ਜਾਣ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਉਣ ਸਵੇਰੇ ਬੀਬੀ ਦਾ ਧਰਨਾ ਖਤਮ ਹੁੰਦਾ ਗੱਲ ਖਤਮ ਹੋਵੇ ਤੇ ਦੂਜੀ ਬੀਬੀ ਇਹ ਗੱਲ ਕਹਿੰਦੀ ਆ ਵੀ ਮੈਂ ਕਹਿੰਦੀ ਆ ਵੀ ਮੇਰੇ ਬੱਚੇ ਮਰ ਜਾਣ ਜੇ ਮੈਂ ਗਲਤ ਬੋਲਦੀ ਹੋਵਾਂ ਸੋ ਯਾਰ ਏਡੀ ਵੱਡੀ ਗੱਲ ਕੋਈ ਕਹਿੰਦਾ ਨਹੀਂ ਹੁੰਦਾ ਤੇ ਸੜਕ ਦੇ ਉੱਤੇ ਬਹਿ ਕੇ ਇਹ ਜਲੂਸ ਕਢਾਉਣੇ ਸੌਖੇ ਹੀ ਨਹੀਂ ਪਏ ਜੇ ਦੂਜੇ ਪਾਸੇ ਅਗਲੇ ਕੋਲ 80 ਲੱਖ ਰੁਪਏ ਦੀ ਰਿਕਾਰਡਿੰਗ ਆ ਤੇ ਜੇ ਉਸ ਬੀਬੀ ਦੇ ਮਨ ਦੇ ਵਿੱਚ ਕੋਈ ਪੈਸੇ ਕਮਾਉਣ ਦੀ ਗੱਲ ਹੁੰਦੀ ਉਹ 80 ਲੱਖ ਰੁਪਇਆ ਲੈ ਕੇ ਹੁਣ ਘਰੇ ਬੈਠੀ ਹੁੰਦੀ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਤੁਹਾਡੀ ਸਰਕਾਰ ਤੇ ਵੀ ਕਈ ਸਵਾਲ ਖੜੇ ਹੁੰਦੇ ਨੇ ਲੋਕ ਕਹਿੰਦੇ ਆ ਕਿ ਕਾਂਗਰਸ ਤੇ ਜਿਹੜੀ ਲੇਪਾ ਇਹ ਕਿਉਂ ਖਿਚੜੀ ਨੇ ਸੋ ਚਲੋ ਜਿਹੜੀ ਇਹ ਕੋਈ ਗੱਲ ਇਦਾਂ ਦੀ ਹੈ ਨਹੀਂ ਮੇਰੀ ਨਜ਼ਰ 'ਚ ਤੇ ਕਦੇ ਇਹ ਗੱਲਾਂ ਫਿਰ ਲੁਕੀਆਂ ਵੀ ਨਹੀਂ ਰਹਿੰਦੀਆਂ ਹੁੰਦੀਆਂ ਕਿਹੜਾ ਬੁੱਕਲ 'ਚ ਗੁੜ ਭੰਨਿਆ ਜਾਣਾ ਸੋ ਇਹ ਗੱਲਾਂ ਕੋਈ ਇਦਾਂ ਦੀਆਂ ਹੈ ਨਹੀਂ ਪਰ ਜੇ ਕੋਈ ਹੋਈ ਉਹ ਵੀ ਲੋਕਾਂ ਦੇ ਸਾਹਮਣੇ ਆ ਜਾਣੀ ਆ ਤੇ ਫਿਰ ਲੋਕਾਂ ਨੂੰ ਵੀ ਪਤਾ ਲੱਗ ਜੂਗਾ ਵੀ ਸਚਾਈ ਕੀ ਸੋ ਉਹਦੀ ਰਿਕਾਰਡਿੰਗ ਆ ਜੀ ਉਹਦੇ ਕੋਲ ਜਿਹਦੇ ਵਿੱਚ 30 ਲੱਖ ਰੁਪਈਆ ਉਹਨੇ ਨਾਮ ਵੀ ਲੈਤਾ ਬੀਬੀ ਨੇ ਨਾਮ ਲੈਤਾ ਰਿਸ਼ੀਪਾਲ ਸੂਦ ਰੀਅਲ ਸਟੇਟ ਦਾ ਕੰਮ ਕਰਦਾ ਬੰਦਾ ਉਹਨੇ ਆਪਣੀਆਂ ਨਜਾਇਜ਼ ਕਲੋਨੀਆਂ ਨੂੰ ਜਾਇਜ਼ ਕਰਾਉਣ ਦੇ ਚੱਕਰ ਦੇ ਵਿੱਚ MLA ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ 80 ਲੱਖ ਰੁਪਏ ਦੀ ਆਫਰ ਕੀਤੀ ਆ ਉਹਨੇ ਤਾਂ ਨਾਮ ਵੀ ਲੈਤਾ ਉਹਨੇ ਇਹ ਤਾਂ ਨਹੀਂ ਲੁਕੋਇਆ ਵੀ ਮੈਨੂੰ ਗੁਪਤਾ ਜੀ ਨਾਂ ਅਤੇ ਉਹਨੇ ਤਾਂ ਨਾਂ ਵੀ ਦੱਸਤਾ ਰਿਸ਼ੀਪਾਲ ਸੂਦ ਆ ਜਿਹੜਾ ਨਜਾਇਜ਼ ਕਲੋਨੀਆਂ ਦਾ ਕੰਮ ਕਰਦਾ ਉਸ ਬੰਦੇ ਨੇ 80 ਲੱਖ ਰੁਪਈਆ ਦੇ ਕੇ MLA ਸਾਹਿਬ ਨੂੰ ਸਰਵਿਸ ਦੇਣ ਦੀ ਕੋਸ਼ਿਸ਼ ਕੀਤੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ MLA ਸੋ ਜੋ ਬਣਦੀ ਕਾਰਵਾਈ ਆ ਉਹ ਉਹਦੇ ਤੇ ਜ਼ਰੂਰ ਹੋਣੀ ਚਾਹੀਦੀ ਆ ਤੇ ਮੈਂ ਵੀ CP ਸਾਹਿਬ ਨੂੰ ਇਹੀ ਗੱਲ ਕਵਾਂਗਾ ਵੀ ਇਹ ਗੱਲ ਦੇ ਵਿੱਚ ਢਿੱਲ ਕਰਨ ਨਾਲ ਜਿਹੜੀ ਸਾਡੀ ਵੀ ਪਾਰਟੀ ਦੀ ਬਦਨਾਮੀ ਹੋ ਰਹੀ ਆ ਸੋ ਹੁਣ ਇਹ ਤੇ ਜ਼ਿਆਦੀ ਦੇਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਐਕਚੁਅਲੀ ਜੋ ਸੱਚਾਈ ਆ ਪੀਸ਼ਨ ਆ ਜੋ ਉਹ ਤੇ ਸੱਚਾਈ ਤੇ ਗੱਲ ਕਰ ਰਿਹਾ ਵੀ ਜੋ ਮੈਂ ਦੇਖਿਆ ਤੇ ਜਿਹੜਾ ਅਨੁਭਵ ਕੀਤਾ ਸੋ ਇਹ ਸੀ ਸਾਡੇ ਨਾਲ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਤਮਨਗਰ ਵਿਖਾ ਜਿਹੜਾ ਇੱਕ ਪਾਰਕ ਆ ਦੀ ਜਿਹੜੀ ਲੋਕ ਆ ਉਹ ਹੁਣ ਚੇਂਜ ਕੀਤੀ ਜਾਏਗੀ ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ ਟਾਈਮਸ ਪੰਜਾਬ TV।